ਜਦੋਂ ਇਨਸਾਨ ਦੇ ਅੰਦਰ ਨਾ ਕ੍ਰੂਅਲ ਨੇਚਰ ਆ ਜਾਵੇ, ਬੇਰਹਿਮ ਹੋ ਜਾਵੇ, ਉਹ ਉਹਨੂੰ ਕਿਸੇ ਤੇ ਤਰਸ ਨਾ ਆਵੇ, ਸਮਝ ਲਓ ਉਹਨੂੰ ਫਿਰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਕਿਉਂਕਿ ਹੰਕਾਰ ਦੇ ਵਿੱਚ ਹੀ ਬੰਦਾ ਬਹੁਤ ਗਲਤੀਆਂ ਕਰਦਾ ਹੈ ਤੇ ਹੰਕਾਰ ਇੱਕ ਸਭ ਤੋਂ ਭੈੜਾ ਰੋਗ ਹੈ। ਜਿਵੇਂ ਕੈਂਸਰ ਹੈ ਨਾ, ਕੈਂਸਰ ਦਾ ਇਲਾਜ ਨਹੀਂ ਹੈਗਾ, ਇਹਦਾ ਬੰਦਾ ਤੜਫ ਤੜਫ ਕੇ ਮਰਦਾ ਹੈ। ਸੇਮ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਬਹੁਤ ਭੈੜੀਆਂ ਬਿਮਾਰੀਆਂ ਨੇ ਤੇ ਜਿਹਨੂੰ ਇਹ ਹੈਗੀਆਂ ਨੇ ਉਹ ਰੋਗੀ ਹੈ ਇਨਸਾਨ। ਭਾਵੇਂ ਅੱਤ ਦਾ ਅਮੀਰ ਹੋਵੇ, ਭਾਵੇਂ ਕੋਈ ਤਕੜੀ ਸੈਲੀਬ੍ਰਿਟੀ ਹੋਵੇ, ਬਹੁਤ ਉਹਦਾ ਰੁਤਬਾ ਹੋਵੇ, ਪਰ ਜੇ ਉਹਦੇ ਅੰਦਰ ਇਹ ਪੰਜ ਵਿਕਾਰ ਐਕਸੈਸ ਦੇ ਵਿੱਚ ਉਹਨੂੰ ਗਲਤ ਰਸਤੇ ਤੇ ਲੈ ਕੇ ਜਾ ਰਿਹਾ, ਸਮਝ ਲਓ ਉਹ ਦੁਨੀਆ ਦਾ ਸਭ ਤੋਂ ਵੱਡਾ ਰੋਗੀ ਇਨਸਾਨ ਹੈ ਤੇ ਉਹਨੂੰ ਇਹਦੇ ਇਲਾਜ ਦੀ ਬਹੁਤ ਜ਼ਰੂਰਤ ਹੈ। ਉਹਦਾ ਇਲਾਜ ਕੀ ਹੈ? ਗਿਆਨ, ਗਿਆਨ, ਉਹਦੀ ਅਵੇਅਰਨੈਸ, ਉਹਦੀ ਕਾਉਂਸਲਿੰਗ ਸਭ ਤੋਂ ਜ਼ਰੂਰੀ ਹੈ ਹੋਣੀ। ਜੇ ਉਹਦੀ ਕਾਉਂਸਲਿੰਗ ਹੋ ਜਾਵੇ ਨਾ ਤੇ ਹੀ ਉਹ ਬਚ ਸਕਦਾ, ਵਰਨਾ ਉਹਦਾ ਨਾਸ਼ ਹੋਣਾ 100% ਹੈ।